अच्छा इतने रखे हुआ है, मैं ज़्यादा पीछे कर गया कुछ। वन टू थ्री स्टार्ट। एडिटर साहब शुरू कर दियो। हेलो एफ एस फ्रॉम फिट सिंह, अज असी गल करन जा रहे हैं पता नहीं किस चीज़ बारे, क्योंकि अपना हैगा ये काम काफ़ी ज़्यादा। फिलहाल तो आपा करनी है गड्डी लोड। वीडियो बाद शूट कर लो, लेट हो रहे हैं, पहले आ जाओ। हाँ जी, पहले आपा करते हैं गड्डी लोड, फिर आपा निकलते हैं काम ते। अज धूप भी बहुत ज़्यादा हैगी है, गर्मी भी काफ़ी ज़्यादा है। आई होप सारा काम ऑन टाइम हो जाए। सैटरडे हैगा, वैसे भी हाफ डे होंगे। चलो जी मिलते हैं आपा थोड़ी देर तक। डब्बा थोड़ा हैगा की हो गया। ਸੱਟ ਲਵਾ ਕੇ ਆ ਗਏ ਹਾਂ ਅਤੇ ਜੀ ਐਸ ਫਰੋਮ ਫਿਟ ਸਿੰਘ। ਹੁਣ ਮੇਰੀ ਇੰਟਰੋ ਇੰਟਰੋ ਹੋ ਗਈ, ਬਹੁਤ ਪਹਿਲੇ ਜਾਣੀ ਚਾਹੀਦੀ ਸੀ, ਬਟ ਚਲੋ ਇਟਸ ਅ ਮਿਸ ਹੈਪਨਿੰਗ। ਅਤੇ ਗਲਤੀ ਕਿਸੇ ਦੀ ਨਹੀਂ ਹੈਗੀ ਕਿ ਹੋ ਗਿਆ। ਹੁਣ ਜੋ ਹੋ ਸਕਦਾ ਮੇਰੇ ਤੋਂ ਗਲਤ ਫੜਾਇਆ ਗਿਆ ਹੋਵੇ ਜਾਂ ਕੀ ਇੱਕ ਵਟ ਐਵਰ, ਕੋਈ ਵੀ ਰੀਜ਼ਨ ਹੈ, ਬਟ ਸੱਟ ਥੋੜ੍ਹੀ ਲੱਗੀ ਹੈ। ਡਾਕਟਰ ਕਹਿੰਦਾ ਕਿ 3-4 ਦਿਨ ਦਾ ਰੈਸਟ ਦਿੱਤਾ ਹੈਗਾ, ਕਿ ਰੈਸਟ ਲੈ ਲਓ ਤਾਂ ਬੈਟਰ ਹੈ, ਕਿਉਂਕਿ ਕੱਟ ਥੋੜ੍ਹਾ ਡੀਪ ਚਲਾ। ਹਾਂ ਕੱਟ ਥੋੜ੍ਹਾ ਡੀਪ ਹੈਗਾ ਅਤੇ ਬਲੀਡਿੰਗ ਵਗੈਰਾ ਵੀ ਕਾਫੀ ਹੋ ਚੁੱਕੀ ਹੈ ਅਤੇ ਵੀਕਨੈਸ ਫੀਲ ਕਰ ਰਿਹਾ ਹੁਣੇ। ਅਤੇ ਹੋਰ ਨਾਲੇ ਇੱਕ ਪ੍ਰੋਬਲਮ ਆ ਰਹੀ ਕਿ ਜਦੋਂ ਹਿੱਟ ਹੋਇਆ ਨਾ ਤਾਂ ਇੱਕਦਮ ਮੈਨੂੰ ਚੱਕਰ ਵਗੈਰਾ ਆ ਗਏ, ਅਨਕੋਨਸ਼ੀਅਸ ਟਾਈਪ ਥੋੜ੍ਹਾ ਜਿਹਾ ਹੋ ਗਿਆ ਸੀਗਾ ਇਹ। ਅਤੇ ਬਾਕੀ ਉੱਦਾਂ ਠੀਕ ਆ ਹੁਣ, ਅਤੇ ਮੇ ਬੀ ਵਰਕਆਊਟ ਵਗੈਰਾ ਵੀ ਨਹੀਂ ਕਰ ਸਕਦਾ ਹਜੇ, ਕਿਉਂਕਿ ਡਾਕਟਰ ਨੇ ਕਿਹਾ ਕਿ ਰੈਸਟ ਲੈ ਲਓ ਕਿਉਂਕਿ ਥੋੜ੍ਹਾ ਜਿਹਾ ਡੀਪ ਹੈਗਾ। ਅਤੇ ਬਾਕੀ ਇੰਨਾ ਕਿ ਜੋ ਕੋਈ ਵੀ ਇੱਦਾਂ ਦੀ ਇੰਜਰੀ ਜਾਂ ਕੁਝ ਵੀ ਹੋਵੇ ਤਾਂ ਟਰਾਈ ਕਰੋ ਕਿ ਜੇ ਡਾਕਟਰ ਕਹੇ ਵੀ ਨਾ, ਦੇਅਰਫੋਰ ਵੀ ਤੁਸੀਂ ਇੱਕ ਦਿਨ ਦਾ ਰੈਸਟ ਲੈ ਹੀ ਲਓ, ਜਸਟ ਟੂ ਗੈਟ ਯੂਰਸੈਲਫ ਰਿਕਵਰਡ। ਮੇਰੇ ਥੋੜ੍ਹਾ ਜ਼ਿਆਦਾ ਡੀਪ ਲੱਗ ਗਿਆ ਅਤੇ ਬਟ ਦੇਖੋ ਉੱਥੇ ਉਦਣ ਦਾ ਰੈਸਟ ਨਹੀਂ ਲਓਗੇ ਅਤੇ ਟ੍ਰੇਨ ਕਰਕੇ ਜਾਂ ਕੋਈ ਵੀ ਸਿੱਧਾ ਆਪਣਾ ਓਵਰਲੋਡ ਕਰਕੇ ਤੁਸੀਂ ਦੂਣਾ ਤੰਗ ਹੀ ਹੋਵੋਗੇ। ਇਸ ਤੋਂ ਬੈਟਰ ਹੈ ਕਿ ਤੁਸੀਂ 1-2 ਦਿਨ ਦਾ ਰੈਸਟ ਲੈ ਕੇ ਕਿ ਅੱਗੇ ਪ੍ਰੋਪਰ ਰਿਕਵਰ ਹੋ ਕੇ ਤੁਸੀਂ ਆਪਣੇ ਜਿਹੜੇ ਬਾਕੀ ਦੇ ਕੰਮ ਜਿਹੜੇ ਤੁਹਾਡੇ ਲਾਈਫ 'ਚ ਹੁੰਦੇ ਨੇ ਅਤੇ ਉਹ ਪ੍ਰੋਪਰ ਕਰ ਸਕੋ। ਅਤੇ ਬੈਟਰ ਹੈ ਕਿ ਰੈਸਟ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਮੇਰਾ ਪ੍ਰੈਫਰ ਇਹ ਕਰਦਾ ਕਿ ਤੂੰ ਰੈਸਟ ਲੈ ਹੀ ਲੈ। ਉਹ ਤਾਂ ਹੋਏਗਾ, ਇਹ ਨਹੀਂ ਹੁੰਦਾ ਕਿ ਫਿਟਨੈਸ ਪਿੱਛੇ ਅਸੀਂ, ਮਤਲਬ ਫਿਟਨੈਸ ਜ਼ਰੂਰੀ ਹੈ, ਇਟ ਇਜ਼ ਪਾਰਟ ਆਫ ਲਾਈਫ ਡੈਫੀਨੇਟਲੀ, ਬਟ ਇਟ ਇਜ਼ ਨੋਟ ਦੀ ਮੋਸਟ ਇੰਪੋਰਟੈਂਟ ਪਾਰਟ ਆਫ ਲਾਈਫ। ਤੁਸੀਂ ਪਹਿਲੇ ਕੱਲੀ ਟ੍ਰੇਨਿੰਗ ਦੀ ਗੱਲ ਵੀ ਨਹੀਂ ਕਰ ਰਿਹਾ, ਇਹਨਾਂ ਦਾ ਵੇਜ ਲਾਈਕ ਤੁਸੀਂ ਜੋਬ 'ਤੇ ਜਾਂਦੇ ਹੋ, ਤੁਹਾਡਾ ਕੋਈ ਵੀ ਵਰਕ ਹੈਗਾ, ਕੁਛ ਵੀ ਹੈਗਾ, ਤੁਸੀਂ ਬੈਟਰ ਹੈ ਕਿ ਜੇ ਤੁਹਾਨੂੰ ਕੋਈ ਵੀ ਇਹੋ ਜਿਹੇ ਕੋਈ ਹੋਵੇ ਲਾਈਫ 'ਚ ਇੰਸੀਡੈਂਟ ਵਗੈਰਾ ਹੋਵੇ, ਕੁਛ ਵੀ ਪ੍ਰੋਬਲਮ ਹੋਵੇ, ਤਾਂ ਬੈਟਰ ਥੋੜ੍ਹਾ ਜਿਹਾ ਰਿਕਵਰ ਹੋਣ ਵਾਸਤੇ ਰੈਸਟ ਲੈਣਾ ਜ਼ਰੂਰੀ ਹੈ। ਕਹਿੰਦੇ ਨਾ ਜਾਨ ਹੈ ਅਤੇ ਜਹਾਨ ਹੈ। ਹਾਂਜੀ, ਅਤੇ ਬੈਟਰ ਕਿ ਤੁਸੀਂ ਇੱਦਾਂ ਕਰੋ। ਅਤੇ ਬਾਕੀ ਟ੍ਰੇਨਿੰਗ ਤਾਂ ਮੈਂ ਤਾਂ ਟ੍ਰੇਨਿੰਗ ਕਰਾਂਗਾ ਫਿਰ ਵੀ ਅੱਜ, ਅਤੇ ਜੇ ਐਸ ਨਹੀਂ ਕਰ ਰਿਹਾ। ਅਤੇ ਬਾਕੀ ਆਪਾਂ ਮਿਲਦੇ ਹਾਂ ਜਿਮ ਦੇ ਵਿੱਚ, ਚਲਦੇ ਹਾਂ ਟ੍ਰੇਨ ਕਰਨ। ਅਤੇ ਬਾਕੀ ਜੇ ਮੈਂ ਟ੍ਰੇਨਿੰਗ ਨਹੀਂ ਕਰ ਰਿਹਾ ਤਾਂ ਮਤਲਬ ਇਹ ਨਹੀਂ ਕਿ ਮੈਂ ਟ੍ਰੇਨਿੰਗ ਕਰ ਰਿਹਾ, ਉਹ ਡਿਫਰੈਂਟ ਤਰੀਕੇ ਦੀ ਟ੍ਰੇਨਿੰਗ ਸੀਗੀ ਜਿਹੜੀ ਤੁਸੀਂ ਕਰ ਸਕਦੇ ਹੋ, ਉਹ ਅੱਜ ਤੋਂ ਅੱਜ ਕਰਕੇ ਦੇਖੋ। ਜਿਵੇਂ ਆਪਾਂ ਅਜੇ ਬੈੱਡ 'ਤੇ ਲੰਮੇ ਪੈ ਕੇ ਰੈਸਟ ਕਰੇਗਾ, ਫਿਲਮ ਦੇਖੇਗਾ, ਟੀਵੀ ਦੇਖੇਗਾ। ਮੈਚ ਲੇਟਰ, ਮੈਚ ਮੈਚ ਲੇਟਰ। ਠੀਕ ਹੈ, ਬਸ ਥੋੜ੍ਹੀ ਬਹੁਤੀ ਜਿਹੜੀ ਲੱਗੀ ਹੋਈ ਸੀਗੀ ਹੁਣ ਤਾਂ ਰਿਕਵਰ ਕਰ ਚੁੱਕਿਆ ਹੋਇਆ ਕਾਫੀ ਹੱਦ ਤੱਕ। ਅਤੇ ਮੇਨ ਗੱਲ ਤਾਂ ਇੱਕੋ ਹੀ ਹੈ ਨਾ, ਪਹਿਲੇ ਤਾਂ ਦਰਦ ਬੜੀ ਹੁੰਦੀ ਸੀਗੀ ਐਨਕ ਪਾਉਣ ਵਾਸਤੇ ਵੀ, ਤਾਂ ਹੁਣ ਨਹੀਂ ਹੁੰਦੀ। ਚਲੋ ਚੰਗੀ ਗੱਲ ਹੈ। ਮੇਨ ਗੱਲ ਜਿਹੜੀ ਹੈਗੀ ਹੈ ਜੀ, ਤੁਹਾਨੂੰ ਵੀ ਦੱਸਦੀ ਹੈ। ਹਾਂਜੀ, ਮੇਨ ਗੱਲ ਇਹ ਹੈਗੀ ਹੈ ਕਿ ਥੈਂਕਸ ਟੂ ਐਡੀਟਰ ਸਾਹਿਬ ਜਿਹਨੇ ਯਾਦ ਕਰਾਇਆ ਕਿ ਇਹ ਵਾਲਾ ਵਲੌਗ ਰਹਿ ਗਿਆ ਸੀਗਾ, ਇਹ ਵਾਲਾ ਸ਼ੂਟ ਕਰਨਾ, ਕਿ ਕੈਮਰੇ 'ਚ ਪਿਆ ਹੋਇਆ ਸੀਗਾ। ਚਲੋ ਨਾਲ ਥੋੜ੍ਹਾ ਵਾਕ ਕਰ ਲੈਂਦੇ। ਅਤੇ ਜਿੱਦਾਂ ਲਾਸਟ ਟਾਈਮ ਜੇ ਅਸੀਂ ਵੀਡੀਓਜ਼ ਪਹਿਲੇ ਦੇਖਿਆ ਕਿ ਮੈਂ ਲੱਗ ਗਈ ਸੀਗੀ, ਕਾਫੀ ਜ਼ਿਆਦਾ ਲੱਗੀ ਹੋਈ ਸੀ, ਅਤੇ ਹੁਣ ਰਿਕਵਰ ਕਰ ਗਿਆ। ਅਤੇ ਅਸੀਂ ਕਾਫੀ ਦੇਰ ਬਾਅਦ ਇਹ ਵਾਲਾ ਬਿੱਟ ਸ਼ੂਟ ਕਰ ਰਹੇ ਹੈਗੇ, ਅਪਰੋਕਸੀਮੇਟ 1 ਮਹੀਨੇ ਬਾਅਦ, ਜੇ ਜਿੰਨਾ ਕੁ ਮੈਨੂੰ ਯਾਦ ਹੈ। 1 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ, ਜ਼ਿਆਦਾ ਹੋ ਗਿਆ, ਜ਼ਿਆਦਾ ਹੋ ਗਿਆ 1 ਮਹੀਨੇ ਤੋਂ। ਅਤੇ ਹੁਣ ਤਾਂ ਰਿਕਵਰ ਵੀ ਕਰ ਚੁੱਕਾ ਸਭ ਕੁਛ ਹੈ। ਅਤੇ ਲੱਕੀਲੀ ਜਦੋਂ ਸਾਡੇ ਐਡੀਟਰ ਸਾਹਿਬ ਉਹ ਚੈੱਕ ਕਰ ਰਹੇ ਸੀ ਕੈਮਰਿਆਂ ਨੂੰ ਖਾਲੀ ਕਰਨ ਸੀ, ਕਾਰਨ ਇਹ ਵਾਲੇ ਨੂੰ ਫਾਰਮੈਟ ਕਰਨ ਲੱਗੇ ਸੀ, ਅਤੇ ਉਦੋਂ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਆ ਜੀ ਇਹ ਵਾਲਾ ਬਿੱਟ ਰਹਿੰਦਾ ਵਿੱਚ ਹੈਗਾ, ਕਿ ਇਹ ਵਾਲਾ ਅਸੀਂ ਸ਼ੂਟ ਨਹੀਂ ਕੀਤਾ, ਰਹਿ ਗਿਆ ਸੀਗਾ। ਤੁਸੀਂ ਥੈਂਕਸ ਵੀ ਕਰ ਸਕਦੇ ਹੋ ਅਤੇ ਉਹਨਾਂ ਨੂੰ ਗਾਲਾਂ ਵੀ ਕੱਢ ਕਿ ਉਹਦੀ ਉਹਨੇ ਇੰਨੀ ਦੇਰ ਬਾਅਦ ਚੈੱਕ ਕੀਤਾ। ਹਾਂਜੀ, ਕਿਉਂਕਿ ਉਹਦੀ ਹੁੰਦੀ ਹੈ ਟੈਨਸ਼ਨ ਹਮੇਸ਼ਾ ਕਿ ਸਾਨੂੰ ਯਾਦ ਕਰਾਉਣਾ ਕੀ ਰਹਿ ਗਿਆ ਕੀ ਨਹੀਂ ਰਹਿ ਗਿਆ। ਅਤੇ ਐਡੀਟਰ ਰੱਖਿਆ ਤਾਂ ਫਿਰ ਕੰਮ ਤਾਂ ਪੂਰੇ ਕਰੇ ਨਾ ਆਪਣੇ। ਕੋਈ ਤਾਂ ਵੈਸੇ ਸੀਗਾ ਬੜਾ ਆਲਸੀ। ਇਹ ਕੀ ਬਾਤ ਕਰਦਾ ਯਾਰ, ਹੈ ਤਾਂ ਆਲਸੀ, ਲੇਜ਼ੀ ਹੈ ਬਹੁਤ ਸਾਰਾ ਐਡੀਟਰ, ਡਾਟਾ ਉਹਦੇ ਕੋਲ ਕਿੰਨੇ ਦੇਰ ਪਿਆ ਰਹਿੰਦਾ। ਆਈ ਹੋਪ ਕਿ ਇਹ ਬਿਟ ਨੂੰ ਕੱਟੇ ਨਾ ਅਤੇ ਵਿੱਚ ਪਾ ਦੇ, ਜੇ ਨਹੀਂ ਤਾਂ ਫਿਰ ਅਸੀਂ ਡਿਲੀਟਡ ਕਲਿਪਸ ਤੋਂ ਸਪੈਸ਼ਲੀ ਕੱਢ ਕੇ ਤੁਹਾਡੇ ਵਾਸਤੇ ਰੱਖਾਂਗੇ। ਨਹੀਂ ਸੱਚੀ ਗੱਲ ਹੈ, ਥੋੜ੍ਹਾ ਲੇਜ਼ੀ ਹੈ, ਉਹਦੇ ਕੋਲ ਕਦੋਂ ਤੱਕ ਡਾਟਾ ਪਿਆ ਰਹਿੰਦਾ, ਕਈ ਵਾਰ ਕੀ ਹੁੰਦਾ
ਕਿ ਜਦੋਂ ਇੱਕ ਇੱਕ ਹਫ਼ਤਾ ਵੀਡੀਓ ਲੇਟ ਹੋ ਰਹੀ ਹੈ ਬਿਕੋਜ਼ ਆਫ ਐਡੀਟਰ ਸਾਹਿਬ ਕੋਲ ਟਾਈਮ ਨਹੀਂ ਹੁੰਦਾ, ਪਤਾ ਨਹੀਂ ਹੋਰ ਕੰਟਰੈਕਟ ਫੜੇ ਹੁੰਦੇ ਆ ਕਿ ਕੀ ਰੀਜ਼ਨ ਉਹਦਾ ਬਿਜ਼ੀ ਹੁੰਦਾ ਇਹ ਸਾਨੂੰ ਵੀ ਨਹੀਂ ਪਤਾ, ਬਟ ਹੈ ਲੇਜ਼ੀ ਹੈ ਬਟ ਅਵੇਲੇਬਲ ਹਮੇਸ਼ਾ ਹੁੰਦਾ। ਇਹ ਉਹਦੀ ਸਪੈਸ਼ਲਿਟੀ ਕਿ ਅਵੇਲੇਬਿਲਿਟੀ ਦੀ ਹਮੇਸ਼ਾ ਦੀ ਹੁੰਦੀ। ਇੱਧਰ ਜੰਗਲ ਦੇ ਵਾਸਤੇ ਜੇ ਨਿਕਲਣਾ ਇੱਧਰ ਨੂੰ ਜਾਣ ਵਾਸਤੇ ਦੇਖੋ, ਚਲੋ ਥੋੜ੍ਹੀ ਵਾਕ ਕਰ ਲਈਏ। ਵਾਕ ਇਨ ਦਾ ਵੁੱਡਸ ਹੈ, ਥੋੜ੍ਹਾ ਜੰਗਲ ਟਾਈਪ ਹੀ ਹੈ, ਥੋੜਾ ਕਿ ਪੂਰਾ ਫੁੱਲ ਜੰਗਲ ਹੈ। ਜੰਗਲ ਹੈਗਾ ਕਿ ਨਹੀਂ ਹੈਗਾ ਨਹੀਂ ਪਤਾ ਹੁਣ। ਉਹ ਦੇਖੋ ਬਟ ਚਲੋ ਸਾਡੀ ਕੰਟਰੀ ਇੰਨੀ ਵਧੀਆ, ਸਾਡੀ ਗਵਰਨਮੈਂਟ ਇੰਨੀ ਵਧੀਆ ਕਿ ਉਹਨਾਂ ਨੇ ਨੇਚਰ ਨੂੰ ਪੂਰਾ ਮੈਕਸਿਮਮ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਥੈਂਕਸ। ਹਾਂ ਮੇਰੇ ਵੱਲੋਂ ਵੀ ਥੈਂਕਸ। ਪਾ ਦੇ ਕੋਈ ਗਿਫਟ ਤੇ ਬਾਕੀ ਗੱਲ ਇਹ ਹੈਗੀ ਹੈ ਕਿ ਇਸ ਵਲੌਗ 'ਚ ਕੁਛ ਖਾਸ ਨਹੀਂ ਰਿਹਾ ਕਿਉਂਕਿ ਸੋਚਿਆ ਕੁਛ ਹੋਰ ਸੀਗਾ ਅਤੇ ਵਲੌਗ ਨੂੰ ਖਤਮ ਇੱਦਾਂ ਹੀ ਕਰਨਾ ਪਿਆ ਸਾਨੂੰ ਤੋਂ ਕਿ ਜਦੋਂ ਫਿਰ ਡਰੈਸਿੰਗ ਵਗੈਰਾ ਕਰਾਉਣ ਜਾਣੀ ਪਈ ਸਭ ਕੁਛ, ਬਟ ਸਟਿਲ ਬਹੁਤ ਜਲਦੀ ਰਿਕਵਰ ਕਰ ਗਏ। ਤੁਸੀਂ ਕਹਿ ਸਕਦੇ ਹੋ ਇੱਕ ਇਹ ਵੀ ਰੀਜ਼ਨ ਹੁੰਦਾ ਜਲਦੀ ਰਿਕਵਰ ਕਰਨ ਦਾ ਕਿ ਆਪਾਂ ਹਮੇਸ਼ਾ ਲਾਈਫ ਦੇ ਵਿੱਚ ਡਿਸਿਪਲਿਨ 'ਚ ਰਹਿੰਦੇ ਹਾਂ ਅਤੇ ਅੱਛਾ ਖਾਣਾ ਪੀਣਾ ਖਾਂਦੇ ਹਾਂ, ਖਾਸ ਕਰਕੇ ਜਿਹੜੇ ਫਿਟਨੈਸ ਫਰੀਕ ਹੁੰਦੇ ਨੇ ਪ੍ਰੋਪਰ ਡਾਇਟ ਵਗੈਰਾ ਆਪਣੀ ਨਿਊਟ੍ਰੀਸ਼ਨਸ ਵਗੈਰਾ ਨੂੰ ਚੰਗੀ ਤਰ੍ਹਾਂ ਫੋਲੋਅਪ ਕਰਦੇ ਨੇ ਅਤੇ ਬੋਡੀ ਦਾ ਇਮਿਊਨ ਸਿਸਟਮ ਵਗੈਰਾ ਤਗੜਾ ਹੁੰਦਾ ਉਹਨਾਂ ਦਾ ਸਹੀ ਹੁੰਦਾ, ਇਸੇ ਕਰਕੇ ਸ਼ਾਇਦ ਅਸੀਂ ਜਲਦੀ ਰਿਕਵਰ ਕਰ ਜਾਂਦੇ ਹਾਂ। ਇੰਟਰਨਲੀ ਜਿੰਨਾ ਬੈਟਰ ਹੋਵੋਗੇ, ਇੰਟਰਨਲੀ 'ਚ ਜਿੰਨਾ ਆਪਣੇ ਆਪ ਨੂੰ ਪ੍ਰੋਪਰ ਫੀਡ ਦਿਓਗੇ, ਜੋ ਨੈਚੁਰਲੀ ਤੁਹਾਨੂੰ ਪ੍ਰੋਪਰਲੀ ਫਿੱਟ ਰੱਖੇ ਇੰਟਰਨਲੀ, ਵਿਚ ਇਜ਼ ਦੀ ਮੋਸਟ ਇੰਪੋਰਟੈਂਟ, ਅਤੇ ਉਹਦੇ ਕਰਕੇ ਜੇ ਤੁਹਾਡੀ ਕੋਈ ਬਾਏ ਮਿਸਟੇਕ ਕੋਈ ਲੱਗ ਜਾਂਦੀ ਹੈ ਕਿਤੇ ਜਾਂ ਕੁਛ ਵੀ, ਸੋ ਇਟ ਕਿਊਰਸ ਫਾਸਟਰ ਐਂਡ ਬੈਟਰ। ਹਾਂਜੀ ਤੁਹਾਡੀ ਤੁਹਾਨੂੰ ਇੰਨੀ ਬੈਂਡਡ ਵਗੈਰਾ ਨਹੀਂ ਕਰਨੀ ਪੈਂਦੀ, ਇਟ ਇਜ਼ ਯੂਰ ਸੈਲਫ ਹੀਲਿੰਗ। ਹਾਂਜੀ ਸੀ ਸੈਲਫ ਹੀਲਿੰਗ ਹੋ ਜਾਂਦੇ ਹੋ, ਇਨ ਅਦਰ ਵਰਡਸ ਕਾਈਂਡ ਆਫ ਸੁਪਰ ਪਾਵਰਸ। ਇਸ ਤੇ ਦੇਖਣਾ ਪੱਕਾ ਕੋਈ ਨਾ ਕੋਈ ਆਏਗੀ। ਮਜ਼ਾਕ ਸੀਗਾ, ਸੁਪਰ ਪਾਵਰਸ ਤਾਂ ਕੋਈ ਨਹੀਂ ਹੁੰਦੀਆਂ, ਬਟ ਠੀਕ ਹੈ ਬਸ ਇਹ ਹੁੰਦਾ ਕਿ ਹਾਂਜੀ ਜਿਹੜਾ ਵੀ ਆਪਣਾ ਹੈਗਾ ਡਾਇਟ ਵਗੈਰਾ ਪ੍ਰੋਪਰ ਲੈਂਦੇ ਹਾਂ ਅਤੇ ਮੈਕਰੋਜ਼ ਦੇ ਨਾਲ ਨਾਲ ਜਦੋਂ ਮਾਈਕਰੋਜ਼ 'ਤੇ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਅਤੇ ਚੀਜ਼ਾਂ ਕੁਛ ਨੈਕਸਟ ਲੈਵਲ 'ਚ ਚਲੀ ਜਾਂਦੀਆਂ। ਇਹ ਨਹੀਂ ਕਿ ਜਾਦੂ ਹੁੰਦਾ, ਬਟ ਜ਼ਿਆਦਾਤਰ ਰਿਕਵਰ ਕਰਨ 'ਚ ਹੈਲਪ ਕਰਦਾ ਹਰ ਇੱਕ ਵੇਜ਼ ਦੇ ਵਿੱਚ, ਜੇ ਤੁਸੀਂ ਟ੍ਰੇਨਿੰਗ ਕਰਕੇ ਹਟੇ ਹੋ, ਜੇ ਤੁਸੀਂ ਪ੍ਰੋਪਰ ਆਪਣੀ ਫੀਡ ਲੈ ਰਹੇ ਹੋ ਸਭ ਕੁਛ ਹੈ, ਫਿਰ ਤੁਹਾਡੀ ਸੋਰਨੈਸ ਜਿਹੜੀ ਹੈ ਉਹਦਾ ਟਾਈਮ ਪੀਰੀਅਡ ਛੋਟਾ ਹੋ ਜਾਂਦਾ ਹੈਗਾ ਅਤੇ ਉਹ ਤੁਹਾਨੂੰ ਫਿਰ ਬਾਕੀ ਐਕਟੀਵਿਟੀਜ਼ ਕਰਨ ਵਾਸਤੇ ਜ਼ਿਆਦਾ ਮੋਟੀਵੇਟ ਰੱਖਦਾ ਹੈ ਜਾਂ ਬੈਟਰ ਰਹਿੰਦਾ ਅਤੇ ਤੁਸੀਂ ਫਿਰ ਕਿਸੇ ਵੀ ਚੀਜ਼ ਨਾਲ ਜੂਝ ਲੈਂਦੇ ਹੋ, ਜਿੱਦਾਂ ਉਹਨੇ ਆਪਾਂ ਘਣੇ ਜੰਗਲ 'ਚ ਪਤਾ ਨਹੀਂ ਕੀ ਕਰ ਰਹੇ ਹਾਂ। ਮੈਂ ਇੱਕ ਚੀਜ਼ ਥੋੜ੍ਹੀ ਜਿਹੀ ਡਿਸਕਲੋਜ਼ ਕਰਾਂਗਾ ਇਸ ਚੀਜ਼ 'ਤੇ ਕਿ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ, ਬਟ ਆਈ ਹੋਪ ਤੁਸੀਂ ਸਮਝ ਜਾਓ, ਕੁਛ ਕੁ ਟ੍ਰੇਨਰ ਇਹੋ ਜਿਹੇ ਹੈਗੇ ਨੇ ਜਿਹੜੇ ਸਿਰਫ ਡਾਇਟ ਦੇ ਵਿੱਚ ਮੈਕਰੋਜ਼ ਦਾ ਧਿਆਨ ਦਿੰਦੇ ਨੇ, ਮੇਰਾ ਕਹਿਣਾ ਮਤਲਬ ਕਿ ਮਿਨਰਲਸ 'ਤੇ ਧਿਆਨ ਬਿਲਕੁਲ ਨਹੀਂ ਦਿੰਦੇ। ਮੈਂ ਉਹਦਾ ਨਾਮ ਨਹੀਂ ਲਵਾਂਗਾ, ਬਟ ਆਈ ਹੋਪ ਤੂੰ ਵੀ ਸਮਝ ਗਿਆ ਹੋਏਗਾ। ਉਹ ਚੀਜ਼ਾਂ ਨੂੰ ਲੈਕ ਕਰਦੇ ਨੇ ਬਟ ਕੋਈ ਸਮਝਦਾ ਨਹੀਂ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਮਿਨਰਲ ਸਾਡੇ ਵਾਸਤੇ। ਜੇ ਡਾਇਟ ਦੇ ਵਿੱਚ ਮਿਨਰਲਸ ਪੂਰੇ ਨਾ ਹੋਏ ਤਾਂ ਫਾਇਦਾ ਕੀ ਉਸ ਚੀਜ਼ ਦਾ, ਕਿਉਂ ਨਾ ਫਿਰ ਤੁਹਾਨੂੰ ਇੱਕ ਵਾਰੀ ਸਮਝਾਇਆ ਜਾਏ। ਹਾਂਜੀ ਇੱਕ ਅਗਲੀ ਵੀਡੀਓ ਦੇ ਵਿੱਚ ਕਿ ਤੁਹਾਡੇ ਮਿਨਰਲਸ ਦਾ ਫਾਇਦਾ ਕੀ ਹੈ ਥਰੂ ਅ ਵਲੌਗ, ਜਿਹਦੇ ਵਿੱਚ ਤੁਸੀਂ ਘੁੰਮੋਗੇ ਸਾਡੇ ਨਾਲ, ਨਾਲੇ ਸਿੱਖਦੇ ਰਹੋਗੇ ਕਿ ਅੱਗੇ ਅੱਗੇ ਕੀ ਹੋ ਸਕਦਾ ਅਤੇ ਉਹਦੇ ਬੈਨੀਫਿਟਸ ਕੀ ਆ। ਕਿਉਂਕਿ ਜੇ ਆਪਾਂ ਜਿਹੜੀ ਚੀਜ਼ਾਂ ਆਪਾਂ ਬਚਪਨ ਤੋਂ ਪੜ੍ਹਦੇ ਆਏ ਹਾਂ, ਜੇ ਆਪਾਂ ਉਹਨੂੰ ਹੁਣ ਹੀ ਨਹੀਂ ਯੂਜ਼ ਕੀਤੀਆਂ ਤਾਂ ਫਿਰ ਕਾਹਦੇ ਲਈ ਯੂਜ਼ ਕੀਤੀਆਂ, ਪੜ੍ਹਨ ਦਾ ਫਾਇਦਾ ਕੀ ਹੋਇਆ? ਕਰੈਕਟ, ਠੀਕ ਹੈ ਨਾ, ਅਤੇ ਆਪਾਂ ਨੂੰ ਉਸ ਚੀਜ਼ ਦਾ ਵੀ ਧਿਆਨ ਦੇਣਾ ਚਾਹੀਦਾ। ਅਤੇ ਬਾਕੀ ਵਲੌਗ ਦਾ ਇੰਨਾ ਐਂਡ ਕਰਨਾ ਸੀਗਾ ਕਿ ਦੱਸਣਾ ਸੀ ਕਿ ਹੋਇਆ ਕੀ ਹੈ। ਚਲੋ ਇੱਕ ਵਧੀਆ ਚੀਜ਼ ਵੀ ਸ਼ੇਅਰ ਹੋ ਗਈ ਨਾਲ ਨਾਲ ਗੱਲਾਂ ਕਰਦੇ ਕਰਦੇ, ਅਤੇ ਬੈਟਰ ਹੈ ਕਿ ਹੁਣ ਆਪਾਂ ਕਰਦੇ ਹਾਂ ਖੁਦਾ ਹਾਫਿਜ਼, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅਤੇ ਅਸੀਂ ਇੱਦਾਂ ਹੀ ਟਰਾਈ ਕਰਦੇ ਰਹਾਂਗੇ ਵਲੌਗਸ ਬਣਾਉਂਦੇ ਰਹੀਏ ਅਤੇ ਤੁਹਾਨੂੰ ਹਰ ਇੱਕ ਵਿੱਚ ਹੈਲਪ ਕਰੀਏ ਜਿਹਦੇ ਨਾਲ ਤੁਸੀਂ ਇੰਡੀਪੈਂਡੈਂਟ ਹੋ ਜਾਓ। ਬਟ ਡੈਫੀਨੇਟਲੀ ਯੂ ਨੀਡ ਅ ਕੋਚ ਕਿ ਤੁਹਾਨੂੰ ਕਿੱਦਾਂ ਕੀ ਮਤਲਬ ਤੁਹਾਨੂੰ ਗਾਈਡਲਾਈਨ ਵਾਸਤੇ ਹਮੇਸ਼ਾ ਇੱਕ ਟੀਚਰ ਜਾਂ ਫਿਰ ਇੱਕ ਗਾਈਡੈਂਸ ਦੀ ਲੋੜ ਹੈ। ਥੋੜ੍ਹਾ ਸਵਾਰਥੀ ਹੋ ਜਾਂਦੇ ਨਾ, ਆਪਣਾ ਵੀ ਨਾਲ ਸੋਚਦੇ ਹਾਂ ਥੋੜ੍ਹਾ, ਮਤਲਬ ਹੁਣ ਹਰ ਚੀਜ਼ 'ਤੇ ਦੱਸੀ ਨਹੀਂ ਜਾ ਸਕਦੀ। ਦ ਪ੍ਰੋਬਲਮ ਇਜ਼ ਕਿ ਕੁਛ ਚੀਜ਼ਾਂ ਅੱਜ ਅਸੀਂ ਸ਼ੇਅਰ ਕਰ ਵੀ ਦਈਏ ਬਟ ਉਹ ਪਰਸਨ ਟੂ ਪਰਸਨ ਵੈਰੀ ਕਰਦੀਆਂ ਨੇ, ਉਹ ਹਰ ਇੱਕ ਚੀਜ਼ ਇੰਪਲੀਮੈਂਟ ਵੀ ਤਾਂ ਨਹੀਂ ਹੁੰਦੀ ਨਾ। ਹੁਣ ਜਿੱਦਾਂ ਪਿਛਲੀ ਵਾਰੀ ਇੰਸਟਾਗ੍ਰਾਮ ਦੀ ਸਟੋਰੀ 'ਚ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਡਾਇਟ ਸ਼ੇਅਰ ਕਰੋ, ਸ਼ੇਅਰ ਤਾਂ ਕਰ ਦਾਂਗੇ ਬਟ ਦੇਰ ਇਜ਼ ਨੋ ਪੁਆਇੰਟ, ਤੁਸੀਂ ਉਹਨੂੰ ਫੋਲੋ ਨਹੀਂ ਕਰ ਸਕਦੇ ਨਾ ਬਿਲਕੁਲ। ਥਿੰਗ ਇਜ਼ ਕਿ ਜੋ ਮੈਂ ਖਾ ਰਿਹਾ ਪਰਸਨਲੀ ਉਹ ਐਫ ਐਸ ਭਾਅ ਜੀ ਨਹੀਂ ਖਾ ਰਹੇ, ਜੋ ਹੀ ਇਜ਼ ਹੈਵਿੰਗ ਆਈ ਕੈਨ ਨੋਟ ਹੈਵ ਦ ਸੇਮ। ਯੈਸ, ਇੱਕੋ ਘਰ 'ਚ ਰਹਿੰਦੇ ਹਾਂ, ਇੱਕੋ ਕਿਚਨ ਦਾ ਖਾਣਾ ਛੱਡ ਦੋ ਨਾ ਸੇ ਬਣਦਾ, ਸੋਰੀ ਇੱਕੋ ਘਰ 'ਚ ਰਹਿੰਦੇ ਹਾਂ, ਇੱਕੋ ਕਿਚਨ ਦਾ ਸਾਡੇ ਘਰ ਖਾਣਾ ਬਣਦਾ, ਠੀਕ ਹੈ ਫਿਰ ਗਲਤ ਹੋ ਗਿਆ। ਇੱਕੋ ਘਰ 'ਚ ਰਹਿ ਕੇ ਇੱਕੋ ਕਿਚਨ ਤੋਂ ਖਾਣਾ ਬਣਦਾ, ਬਟ ਸਟਿਲ ਇਟ ਇਜ਼ ਡਿਫਰੈਂਟ, ਸਾਰਿਆਂ ਵਾਸਤੇ ਡਿਫਰੈਂਟ ਹੈ ਕਿਉਂਕਿ ਹਰ ਕਿਸੇ ਦਾ ਗੋਲ ਸੇਮ ਨਹੀਂ ਹੁੰਦਾ, ਹਰ ਕਿਸੇ ਦੀ ਬੋਡੀ ਸੇਮ ਤਰੀਕੇ ਰਿਐਕਟ ਨਹੀਂ ਕਰਦੀ ਅਤੇ ਇਟ ਇਜ਼ ਆਲ ਡਿਫਰੈਂਟ। ਤੁਸੀਂ ਅਸੀਂ ਸਾਰੇ ਦੇਖਣ ਨੂੰ ਸੇਮ ਹੋ ਸਕਦੇ ਬਟ ਵੀ ਡੋਂਟ ਹੈਵ ਦਾ ਇੰਟਰਨਲ ਸੇਮਸ। ਯੈਸ, ਅਤੇ ਇਸੇ 'ਤੇ ਆਪਾਂ ਹੁਣ ਕਰਦੇ ਹਾਂ ਵਲੌਗ ਦਾ ਐਂਡ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਫੋਲੋ ਕਰਨਾ ਨਾ ਭੁੱਲਣਾ ਇੰਸਟਾਗ੍ਰਾਮ 'ਤੇ,
ਤੇ ਫੇਸਬੁੱਕ ਤੇ ਸਾਰੇ ਤੁਹਾਨੂੰ ਸੋਸ਼ਲ ਮੀਡੀਆ ਦੇ ਜਿੰਨੇ ਹੈਂਡਲਸ ਹੈ ਸਭ ਲਿੰਕ 'ਚ ਮਿਲ ਜਾਣਗੇ। ਜਿਹੜੀ ਜਿਹੜੀ ਕੰਟਰੀ 'ਚ ਟਿਕਟੋਕ ਨਹੀਂ ਚੱਲਦਾ ਉਸ ਕੰਟਰੀ ਦੇ ਵਿੱਚ ਆਈ ਐਮ ਰੀਅਲੀ ਵੈਰੀ ਸੋਰੀ, ਬਟ ਜਿਹੜੇ ਚੱਲਦਾ ਹੈਗਾ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ। ਹਾਂਜੀ, ਅਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ, ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਗੁਰੂ ਕਿਰਪਾ।